ਕੀ ਤੁਸੀਂ ਮੀਂਹ ਜਾਂ ਕਹੀਏ ਬਾਰਿਸ਼ ਦੇ ਪਾਣੀ ਨੂੰ ਪੀ ਸਕਦੇ ਹੋ? ਕਿਵੇਂ ਇੱਕ ਕਾਲ ਕਰਨ ਦੇ ਨਾਲ ਤੁਹਾਡੇ ਇੰਟਰਨੈਟ ਦੀ ਸਪੀਡ ਵੱਧ ਸਕਦੀ ਹੈ? ਇੱਟਾਂ ਦਾ ਰੰਗ ਅਜਿਹਾ ਕਿਉਂ ਹੁੰਦਾ ਹੈ? ਅਜਿਹੀ ਰੌਚਕ ਤੱਤ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਤੁਹਾਡਾ ਹੋ ਜਸਪੀ ਸਿੰਘ, ਤੁਸੀਂ ਦੇਖ ਰਹੇ ਹੋ ਜੋਟ ਟੀਵੀ। ਇਹ ਜਿਹੜੀ ਵੀਡੀਓ ਤੁਸੀਂ ਹੁਣ ਅੱਗੇ ਦੇਖੋਗੇ ਕਾਫੀ ਜ਼ਿਆਦਾ ਇਮੋਸ਼ਨਲ ਹੈ। ਇਸ ਦੇ ਵਿੱਚ ਇੱਕ ਬਿੱਲੀ ਕਬੂਤਰ ਦਾ ਸ਼ਿਕਾਰ ਕਰਕੇ ਉਸ ਨੂੰ ਖਾਣਾ ਚਾਹੁੰਦੀ ਹੈ, ਪਰ ਥੋੜੇ ਸਮੇਂ ਬਾਅਦ ਜਦੋਂ ਬਿੱਲੀ ਉਸ ਕਬੂਤਰ ਦੇ ਕੋਲ ਜਾ ਕੇ ਦੇਖਦੀ ਹੈ ਕਿ ਜਿਹੜੇ ਕਬੂਤਰ ਦਾ ਉਹ ਸ਼ਿਕਾਰ ਕਰਨਾ ਚਾਹੁੰਦੀ ਹੈ ਉਹ ਅੰਨਾ ਹੈ, ਜਾਣੀ ਕਿ ਉਹ ਅੱਖਾਂ ਤੋਂ ਉਸ ਨੂੰ ਦਿਖਦਾ ਨਹੀਂ ਹੈ, ਤੇ ਜਦੋਂ ਬਿੱਲੀ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਕਬੂਤਰ ਅੰਨਾ ਹੈ ਤਾਂ ਬਿੱਲੀ ਇਸ ਕਬੂਤਰ ਦਾ ਸ਼ਿਕਾਰ ਨਹੀਂ ਕਰਦੀ ਤੇ ਇਸ ਨੂੰ ਛੱਡ ਕੇ ਚਲੀ ਜਾਂਦੀ ਹੈ। ਇੱਥੋਂ ਪਤਾ ਲੱਗਦਾ ਹੈ ਕਿ ਸਾਡੇ ਇਨਸਾਨਾਂ ਦੇ ਨਾਲੋਂ ਜ਼ਿਆਦਾ ਇਨਸਾਨੀਅਤ ਤਾਂ ਜਾਨਵਰਾਂ ਦੇ ਵਿੱਚ ਮੌਜੂਦ ਹੈ। ਇਫੈਕਟ ਤੁਹਾਡੇ ਹੋਸ਼ ਉਡਾ ਦੇਵੇਗਾ। ਤੁਸੀਂ ਡਬਲ ਯੂ ਨੂੰ ਟੀ ਦੇ ਨਾਲ ਰਿਪਲੇਸ ਕਰਕੇ ਅਲੱਗ ਅਲੱਗ ਪ੍ਰੇਸ਼ਨਾਂ ਦੇ ਜਵਾਬ ਦੇ ਸਕਦੇ ਹੋ, ਜਿਵੇਂ ਕਿ ਵੇਅਰ ਦਾ ਡਬਲ ਯੂ ਹਟਾ ਕੇ ਤੁਸੀਂ ਉਸ ਦੀ ਜਗ੍ਹਾ ਤੇ ਜੇਕਰ ਟੀ ਲਗਾਓਗੇ ਤਾਂ ਦੇਅਰ ਬਣ ਜਾਵੇਗਾ। ਇਸ ਤਰ੍ਹਾਂ ਹੀ ਵਟ ਦਾ ਦੈਟ ਬਣ ਜਾਵੇਗਾ ਤੇ ਬਿਨ ਦਾ ਦਿਨ ਬਣ ਜਾਵੇਗਾ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਇੰਟਰਨੈਟ ਦੀ ਸਪੀਡ ਨੂੰ ਵਧਾ ਸਕਦੇ ਹੋ। ਤੁਹਾਡੇ ਨਾਲ ਵੀ ਕਈ ਵਾਰ ਅਜਿਹਾ ਹੋਇਆ ਹੋਵੇਗਾ ਕਿ ਜਦੋਂ ਤੁਹਾਡੇ ਇੰਟਰਨੈਟ ਦੇ ਟਾਵਰ ਤਾਂ ਪੂਰੇ ਆ ਰਹੇ ਹੋਣਗੇ, ਪਰ ਜਦੋਂ ਤੁਸੀਂ ਕੋਈ ਚੀਜ਼ ਡਾਊਨਲੋਡ ਕਰਦੇ ਹੋ ਤਾਂ ਡਾਊਨਲੋਡ ਸਪੀਡ ਤੁਹਾਡੀ ਬਹੁਤ ਜ਼ਿਆਦਾ ਘੱਟ ਹੋਵੇਗੀ। ਜਦੋਂ ਅਜਿਹਾ ਹੋਵੇ ਤਾਂ ਤੁਸੀਂ ਕਿਸੇ ਨੂੰ ਕਾਲ ਕਰਕੇ ਦੇਖਣਾ, ਤੁਹਾਡੀ ਡਾਊਨਲੋਡ ਸਪੀਡ ਇੱਕਦਮ ਥੋੜੇ ਸਮੇਂ ਦੇ ਲਈ ਬਹੁਤ ਜ਼ਿਆਦਾ ਵੱਧ ਜਾਵੇਗੀ। ਇਹ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ, ਇਹ ਫੋਟੋ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਕਿਵੇਂ ਸਾਨੂੰ ਬੇਵਕੂਫ ਬਣਾਉਂਦੇ ਹਨ। ਇਸ ਫੋਟੋ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਜਿਵੇਂ ਇਸ ਆਦਮੀ ਨੇ ਸੋਨੇ ਦੀਆਂ ਚੈਨਾਂ ਪਾਈਆਂ ਹੋਣ, ਪਰ ਇਹ ਫੋਟੋ ਬਿਲਕੁਲ ਨਕਲੀ ਹੈ। ਇਹ ਇੱਕ ਬੈਗ ਦੀ ਤਣੀ ਹੈ ਜਿਹੜਾ ਕਿ ਉਸਨੇ ਆਪਣੇ ਗਲੇ ਦੇ ਵਿੱਚ ਪਿੱਛੇ ਨੂੰ ਲਟਕਾਇਆ ਹੋਇਆ ਹੈ। ਤੁਸੀਂ ਫੋਟੋਆਂ ਦੇ ਵਿੱਚ ਅਜਿਹੀਆਂ ਦੰਦਾਂ ਦੀਆਂ ਨਸਾਂ ਤਾਂ ਜ਼ਰੂਰ ਦੇਖੀਆਂ ਹੋਣਗੀਆਂ, ਪਰ USA ਦੇ ਵਿੱਚ ਇੱਕ ਆਦਮੀ ਦੇ ਦੰਦ ਦੇ ਵਿੱਚ ਕੁਝ ਪਰੇਸ਼ਾਨੀ ਆ ਰਹੀ ਸੀ, ਜਿਸ ਕਰਕੇ ਡੈਂਟਿਸਟ ਨੇ ਉਸ ਦਾ ਪੂਰਾ ਦੰਦ ਕੱਢ ਦਿੱਤਾ। ਜਦੋਂ ਉਸ ਵਿਅਕਤੀ ਦਾ ਦੰਦ ਕੱਢਿਆ ਗਿਆ ਤਾਂ ਦੰਦ ਕੱਢਣ ਦੇ ਨਾਲ ਨਾਲ ਉਸ ਦੀਆਂ ਦੰਦਾਂ ਦੀਆਂ ਨਸਾਂ ਵੀ ਬਾਹਰ ਆ ਗਈਆਂ। ਤੁਸੀਂ ਇਸ ਫੋਟੋ ਦੇ ਵਿੱਚ ਦੇਖ ਸਕਦੇ ਹੋ ਕਿ ਦੰਦਾਂ ਦੀਆਂ ਨਸਾਂ ਕਿਸ ਤਰ੍ਹਾਂ ਦੀਆਂ ਦਿਖਾਈ ਦਿੰਦੀਆਂ ਹਨ। ਤੁਸੀਂ ਇੱਕ ਜਾਗ ਰਹੀ ਮੋਮਬੱਤੀ ਨੂੰ 50 ਕਿਲੋਮੀਟਰ ਦੂਰ ਤੋਂ ਵੀ ਦੇਖ ਸਕਦੇ ਸੀ, ਪਰ ਅਜਿਹਾ ਉਸ ਟਾਈਮ ਹੋਣਾ ਸੀ ਜੇਕਰ ਧਰਤੀ ਗੋਲ ਦੀ ਬਜਾਏ ਫਲੈਟ ਹੁੰਦੀ। ਪਰ ਸਮੇਂ ਦੇ ਨਾਲ ਨਾਲ ਸਾਡੀਆਂ ਅੱਖਾਂ ਇੰਨੀਆਂ ਕਮਜ਼ੋਰ ਹੋ ਗਈਆਂ ਨੇ ਕਿ ਹੁਣ ਸਾਨੂੰ IPL ਦਾ ਸਕੋਰ ਵੀ ਚੰਗੀ ਤਰ੍ਹਾਂ ਦਿਖਾਈ ਨਹੀਂ ਦਿੰਦਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਇੱਕ ਕ੍ਰਿਕਟ ਸਟੇਡੀਅਮ ਅਤੇ ਇੱਕ ਕੈਂਸਰ ਹਸਪਤਾਲ ਖੋਲਣਗੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ। ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਨੇ ਪੰਜਾਬ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕੀਤਾ ਹੈ ਤੇ ਪੰਜਾਬੀ ਸੰਗੀਤ ਇੰਡਸਟਰੀ ਨੂੰ ਉਹ ਇੱਕ ਅਲੱਗ ਲੈਵਲ ਤੇ ਲੈ ਕੇ ਗਏ ਸਨ। ਤੁਸੀਂ ਪੁਰਾਣੀ ਅੰਬੈਸਡਰ ਕਾਰ ਜ਼ਰੂਰ ਦੇਖੀ ਹੋਵੇਗੀ। ਉਸ ਟਾਈਮ ਅੰਬੈਸਡਰ ਕਾਰ ਨੇ ਚਾਰੇ ਪਾਸੇ ਤਹਿਲਕਾ ਮਚਾ ਰੱਖਿਆ ਸੀ, ਪਰ ਹੁਣ ਇੰਨੇ ਸਾਲਾਂ ਬਾਅਦ ਅੰਬੈਸਡਰ ਕਾਰ ਦਾ ਨਵਾਂ ਵਰਜਨ ਆਉਣ ਵਾਲਾ ਹੈ ਜਿਹੜਾ ਕਿ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਸੋਹਣਾ ਹੈ, ਤੇ ਇਹ ਅੰਬੈਸਡਰ ਕਾਰ ਇੱਕ ਇਲੈਕਟ੍ਰਿਕ ਕਾਰ ਹੋਵੇਗੀ। ਤੁਸੀਂ ਇੱਕ ਛੋਟੀ ਜਿਹੀ ਕਰੈਕਸ਼ਨ ਦੇ ਨਾਲ ਆਪਣੀ ਇੰਗਲਿਸ਼ ਨੂੰ 100 ਗੁਣਾ ਵਧੀਆ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਇੰਗਲਿਸ਼ ਦੇ ਵਿੱਚ ਕਿਸੇ ਨੂੰ ਬੋਲਣਾ ਹੈ ਕਿ ਇਹ ਲੜਕੀ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੈ, ਤਾਂ ਤੁਸੀਂ ਬੋਲੋਗੇ ਸ਼ੀ ਇਜ਼ ਗੁੱਡ ਇਨ ਇੰਗਲਿਸ਼। ਇਹ ਇੱਕ ਕਾਮਨ ਗਲਤੀ ਹੈ ਜਿਹੜਾ ਕਿ ਹਰ ਕੋਈ ਕਰਦਾ ਹੈ, ਤੁਹਾਨੂੰ ਇਸ ਦੀ ਜਗ੍ਹਾ ਬੋਲਣਾ ਚਾਹੀਦਾ ਹੈ ਸ਼ੀ ਇਜ਼ ਗੁੱਡ ਐਟ ਇੰਗਲਿਸ਼। ਇੱਕ ਸ਼ਾਰਕ ਆਪਣੇ ਸਰੀਰ ਦੇ ਆਕਾਰ ਦੇ ਹਿਸਾਬ ਦੇ ਨਾਲ ਹੀ ਸਮੁੰਦਰ ਦੇ ਵਿੱਚ ਸਫ਼ਰ ਕਰਦੀ ਹੈ। ਇੱਕ ਸ਼ਾਰਕ ਦੇ ਉੱਪਰ ਟਰੈਕਰ ਲਗਾਇਆ ਗਿਆ ਤੇ ਜਦੋਂ ਕੁਝ ਮਹੀਨੇ ਬਾਅਦ ਉਸ ਦੇ ਟਰੈਕਰ ਨੂੰ ਚੰਗੀ ਤਰ੍ਹਾਂ ਦੇ ਨਾਲ ਦੇਖਿਆ ਗਿਆ ਤਾਂ ਇਹ ਸ਼ਾਰਕ ਨੇ ਬਿਲਕੁਲ ਆਪਣੇ ਸ਼ਾਰਕ ਦੇ ਆਕਾਰ ਦੇ ਹਿਸਾਬ ਦੇ ਨਾਲ ਹੀ ਸਮੁੰਦਰ ਦੇ ਵਿੱਚ ਸਫ਼ਰ ਕੀਤਾ ਸੀ। ਜਿਵੇਂ ਕਿ ਤੁਸੀਂ ਇੱਥੇ ਦੇਖ ਹੀ ਸਕਦੇ ਹੋ, ਇਹ ਸ਼ਾਰਕ ਦਾ ਉਹ ਪੂਰਾ ਮੈਪ ਹੈ ਜਿੱਥੇ ਸ਼ਾਰਕ ਨੇ ਸਫ਼ਰ ਕੀਤਾ ਸੀ, ਜਿਹੜਾ ਕਿ ਦੇਖਣ ਦੇ ਵਿੱਚ ਬਿਲਕੁਲ ਸ਼ਾਰਕ ਵਰਗਾ ਦਿਖਾਈ ਦੇ ਰਿਹਾ ਹੈ। ਹੁਣ ਤੁਸੀਂ ਇਹ ਆਮਲੇਟ ਦੇਖੋ ਜਿਹੜਾ ਕਿ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਕਮਾਲ ਦਾ ਲੱਗ ਰਿਹਾ ਹੈ, ਪਰ ਸੱਚ ਇਹ ਹੈ ਕਿ ਇਹ ਆਮਲੇਟ ਹੈ ਹੀ ਨਹੀਂ। ਅਸਲ ਦੇ ਵਿੱਚ ਇਹ ਬਿੱਲੀ ਦੇ ਉੱਪਰ ਸੰਤਰਾ ਰੱਖਿਆ ਹੋਇਆ ਹੈ ਜਿਹੜਾ ਕਿ ਦੇਖਣ ਦੇ ਵਿੱਚ ਇੱਕ ਆਮਲੇਟ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਹੁਣ ਤੁਸੀਂ ਇਹ ਆਦਮੀ ਨੂੰ ਦੇਖੋ ਜਿਹੜਾ ਕਿ ਖੰਭੇ ਦੇ ਉੱਪਰ ਚੜਿਆ ਹੋਇਆ ਹੈ। ਇਸਨੇ ਆਪਣੀ ਪਿੱਠ ਦੇ ਉੱਪਰ ਅਜਿਹੇ ਵਿੰਗਸ ਯਾਨੀ ਕਿ ਖੰਭ ਕਿਉਂ ਪਾਏ ਨੇ, ਇਸ ਦੇ ਪਿੱਛੇ ਵੀ ਇੱਕ ਕਹਾਣੀ ਹੈ। ਜਦੋਂ ਇਸ ਆਦਮੀ ਨੇ ਆਪਣੀ ਬੇਟੀ ਨੂੰ ਦੱਸਿਆ ਕਿ ਇਹ ਖੰਭਿਆਂ ਦੇ ਉੱਪਰ ਚੜ ਕੇ ਬਿਜਲੀ ਨੂੰ ਠੀਕ ਕਰਦਾ ਹੈ, ਤਾਂ ਇਸ ਦੀ ਬੇਟੀ ਨੇ ਇਸ ਨੂੰ ਖੰਭ ਦੇ ਦਿੱਤੇ ਤਾਂ ਕਿ ਇਹ ਉੱਡ ਕੇ ਬਿਜਲੀ ਠੀਕ ਕਰ ਸਕੇ, ਤੇ ਆਪਣੀ ਬੇਟੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੋਣ ਕਰਕੇ ਇਹ ਜਦੋਂ ਵੀ ਹੁਣ ਬਿਜਲੀ ਦਾ ਕੰਮ ਕਰਦਾ ਹੈ ਖੰਭੇ ਦੇ ਉੱਪਰ ਚੜ ਕੇ ਤਾਂ ਇਹ ਖੰਭ ਜ਼ਰੂਰ ਲਗਾਉਂਦਾ ਹੈ। 10 ਸਾਲ ਪਹਿਲਾਂ ਐਪਲ ਨੇ ਆਈਪੋਡ ਲਾਂਚ ਕੀਤਾ ਸੀ ਜਿਸ ਦੇ ਵਿੱਚ ਤੁਸੀਂ 1000 ਗਾਣੇ ਸੁਣ ਸਕਦੇ ਸੀ। ਉਹਨਾਂ ਨੇ ਉਸ ਟਾਈਮ ਇਸ ਚੀਜ਼ ਦੀ ਕਾਫੀ ਜ਼ਿਆਦਾ ਮਾਰਕੀਟ ਵੀ ਕੀਤੀ ਸੀ ਕਿ 1000 ਸੌਂਗ ਇਨ ਯੂਰ ਪੋਕਟ। ਪਰ ਹੁਣ ਜਿਹੜੀ ਐਪਲ ਵਾਚ ਆਉਂਦੀ ਹੈ ਉਸ ਦੇ ਵਿੱਚ ਤੁਸੀਂ 6 ਕਰੋੜ ਗਾਣੇ ਸੁਣ ਸਕਦੇ ਹੋ, ਤੇ ਹੁਣ ਐਪਲ ਨੇ ਉਸ ਦੀ ਇਸ ਤਰ੍ਹਾਂ ਦੇ ਨਾਲ ਮਾਰਕੀਟਿੰਗ ਕੀਤੀ ਹੈ ਕਿ 16 ਮਿਲੀਅਨ ਸੌਂਗ ਔਨ ਯੂਰ ਰੈਸਟ। ਇਹਨਾਂ ਦੋਨੇ ਪ੍ਰੋਡਕਟ ਦੇ ਵਿੱਚ ਸਿਰਫ 10 ਤੋਂ 15 ਸਾਲ ਦਾ ਫਰਕ ਹੈ। ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਟੈਕਨੋਲੋਜੀ ਕਿੰਨੀ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਕੁਝ ਸਿਪਾਹੀਆਂ ਨੂੰ ਪੂਲ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤੇ ਇਸ ਫੋਟੋ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਸਾਰੇ ਬੋਨੇ ਸਿਪਾਹੀ ਹੋਣ, ਪਰ ਅਸਲ ਦੇ ਵਿੱਚ ਇਹ ਨਾਰਮਲ ਕੱਦ ਕਾਠ ਵਾਲੇ ਸਿਪਾਹੀ ਹਨ, ਪਰ ਪਾਣੀ ਦੇ ਵਿੱਚ ਰਿਫਲੈਕਟ ਦੇ ਕਾਰਨ ਇਹ ਛੋਟੇ ਦਿਖਾਈ ਦੇ ਰਹੇ ਹਨ ਤੇ ਇਹ ਕਾਰਨ ਕਰਕੇ ਹੀ ਇਹ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਵੀ ਹੋਈ ਸੀ।
ਦੁਨੀਆ ਦੇ ਵਿੱਚ ਇੱਕ ਅਜਿਹਾ ਰਿਜ਼ੋਰਟ ਵੀ ਹੈ ਜਿਹੜਾ ਕਿ ਪੂਰੀ ਤਰ੍ਹਾਂ ਦੇ ਨਾਲ ਨਮਕ ਜਾਂ ਕਹੀਏ ਨੂਣ ਦੇ ਨਾਲ ਬਣਿਆ ਹੋਇਆ ਹੈ। ਇਹ ਯੂਕਰੇਨ ਦੇ ਵਿੱਚ ਸਥਿਤ ਹੈ। ਇਸ ਰਿਜ਼ੋਰਟ ਨੂੰ ਆਸਥਮਾ ਯਾਨੀ ਕਿ ਦਮੇ ਦੇ ਮਰੀਜ਼ਾਂ ਦੇ ਲਈ ਬਣਾਇਆ ਗਿਆ ਹੈ ਤਾਂ ਕਿ ਇੱਥੇ ਰਹਿ ਕੇ ਉਹਨਾਂ ਦੇ ਆਸਥਮਾ ਦੇ ਅਟੈਕ ਘੱਟ ਆਉਣ ਤੇ ਵਧੀਆ ਤਰੀਕੇ ਦੇ ਨਾਲ ਕੰਮ ਵੀ ਕਰਦਾ ਹੈ ਕਿਉਂਕਿ ਫੇਫੜਿਆਂ ਨੂੰ ਖੁਸ਼ਕ ਰੱਖਦਾ ਹੈ ਜਿਸ ਦੇ ਕਾਰਨ ਦਮੇ ਦੇ ਨਾਲ ਪੀੜਤ ਇਨਸਾਨ ਨੂੰ ਦਮੇ ਦੇ ਅਟੈਕ ਦਾ ਖਤਰਾ ਘੱਟ ਜਾਂਦਾ ਹੈ। ਕੀ ਤੁਸੀਂ ਇੱਕ ਸੰਘਣੇ ਜੰਗਲ ਦੇ ਵਿਚਕਾਰ ਇੱਕ ਵੱਡੀ ਸਾਰੀ ਬੇਲ ਮੱਛੀ ਨੂੰ ਇਮੇਜਿਨ ਕਰ ਸਕਦੇ ਹੋ? ਪਰ ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਕਈ ਵਾਰ ਅਜਿਹਾ ਕੁਝ ਮਿਲ ਜਾਂਦਾ ਹੈ ਜਿਸ ਨੂੰ ਦੇਖ ਕੇ ਵਿਗਿਆਨੀ ਵੀ ਹੈਰਾਨ ਰਹਿ ਜਾਂਦੇ ਨੇ। ਐਮਾਜ਼ਾਨ ਦੇ ਜੰਗਲਾਂ ਦੇ ਵਿੱਚ ਇੱਕ ਵਾਰ ਇੱਕ ਮਰੀ ਹੋਈ ਬੇਲ ਮਿਲੀ ਜਿਹੜੀ ਕਿ ਸਮੁੰਦਰ ਤੋਂ ਕਾਫੀ ਜ਼ਿਆਦਾ ਦੂਰ ਜੰਗਲ ਦੇ ਬਿਲਕੁਲ ਵਿਚਕਾਰ ਪਈ ਸੀ, ਪਰ ਕਾਫੀ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਵੀ ਵਿਗਿਆਨੀਆਂ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗ ਸਕਿਆ ਕਿ ਆਖਰਕਾਰ ਇੰਨੀ ਵੱਡੀ ਬੇਲ ਜੰਗਲ ਦੇ ਵਿਚਕਾਰ ਕਿਵੇਂ ਪਹੁੰਚ ਗਈ। ਇਹ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਇਸ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ -20 ਡਿਗਰੀ ਦੇ ਵਿੱਚ ਤੈਰਨਾ ਕਿਹੋ ਜਿਹਾ ਹੁੰਦਾ ਹੈ। ਇਸ ਫੋਟੋ ਦੇ ਵਿੱਚ ਇਹ ਦਿਖਾਇਆ ਗਿਆ ਹੈ ਕਿ -20 ਡਿਗਰੀ ਠੰਡੇ ਪਾਣੀ ਦੇ ਵਿੱਚ ਤੈਰਨ ਦੇ ਨਾਲ ਤੁਹਾਡੇ ਵਾਲ ਕਿਸ ਤਰ੍ਹਾਂ ਦੇ ਹੋ ਜਾਣਗੇ। ਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫੋਟੋ ਬਿਲਕੁਲ ਨਕਲੀ ਹੈ ਕਿਉਂਕਿ ਸਾਡਾ ਸਰੀਰ -20 ਡਿਗਰੀ ਵਾਲੇ ਪਾਣੀ ਨੂੰ ਝੱਲ ਹੀ ਨਹੀਂ ਸਕਦਾ। ਇੰਨੇ ਠੰਡੇ ਪਾਣੀ ਦੇ ਵਿੱਚ ਜਾਣ ਸਾਰ ਹੀ ਸਾਡੇ ਫੇਫੜੇ ਕੰਮ ਕਰਨਾ ਬੰਦ ਕਰ ਦੇਣਗੇ ਤੇ ਸਾਨੂੰ ਹਾਰਟ ਅਟੈਕ ਆ ਜਾਵੇਗਾ। ਕੁਝ ਸਮਾਂ ਪਹਿਲਾਂ ਹੀ ਰਾਣੀ ਐਲਿਜ਼ਾਬੈਥ ਨੇ ਗਰੀਬਾਂ ਦੇ ਉੱਪਰ ਇੱਕ ਭਾਸ਼ਣ ਦਿੱਤਾ ਸੀ, ਪਰ ਜਦੋਂ ਰਾਣੀ ਐਲਿਜ਼ਾਬੈਥ ਇਹ ਭਾਸ਼ਣ ਦੇ ਰਹੀ ਸੀ ਤਾਂ ਉਹ ਭਾਸ਼ਣ ਦਿੰਦੇ ਸਮੇਂ ਸੋਨੇ ਦੀ ਕੁਰਸੀ ਦੇ ਉੱਪਰ ਬੈਠੀ ਸੀ। ਇੱਥੇ ਇਹ ਗੱਲ ਦੇਖ ਕੇ ਕਾਫੀ ਜ਼ਿਆਦਾ ਹਾਸੋਹੀਣੀ ਅਤੇ ਫਨੀ ਲੱਗਦੀ ਹੈ ਕਿ ਜਿਹੜੀ ਰਾਣੀ ਸੋਨੇ ਦੀ ਕੁਰਸੀ ਦੇ ਉੱਪਰ ਬੈਠੀ ਹੋਈ ਹੈ, ਲੱਖਾਂ ਕਰੋੜਾਂ ਰੁਪਏ ਦੇ ਉਸਨੇ ਹੀਰੇ ਜਵਾਹਰਾਤ ਦੇ ਕੱਪੜੇ ਪਾਏ ਹੋਏ ਨੇ, ਉਹ ਗਰੀਬੀ ਬਾਰੇ ਬੋਲ ਰਹੀ ਹੈ। ਇਹ ਜਿਹੜੀ ਫੋਟੋ ਦੇ ਵਿੱਚ ਤੁਸੀਂ ਅੱਖ ਦੇਖ ਰਹੇ ਹੋ ਇਹ ਪੂਰੀ ਤਰ੍ਹਾਂ ਦੇ ਨਾਲ ਇਮੋਜੀ ਦੇ ਨਾਲ ਬਣਾਈ ਗਈ ਹੈ। ਤੁਸੀਂ ਇਸ ਨੂੰ ਜ਼ੂਮ ਕਰਕੇ ਦੇਖ ਸਕਦੇ ਹੋ। ਤੁਸੀਂ ਇਹ ਚੀਜ਼ ਹਮੇਸ਼ਾ ਨੋਟ ਕੀਤੀ ਹੋਣੀ ਹੈ ਕਿ ਜਿਹੜੀਆਂ ਇੱਟਾਂ ਹੁੰਦੀਆਂ ਨੇ ਉਹ ਹਮੇਸ਼ਾ ਲਾਲ ਜਾਂ ਸੰਤਰੀ ਰੰਗ ਦੀਆਂ ਕਿਉਂ ਹੁੰਦੀਆਂ ਨੇ? ਇਸ ਦਾ ਸਭ ਤੋਂ ਵੱਡਾ ਤੇ ਪਹਿਲਾ ਕਾਰਨ ਇਹ ਹੈ ਕਿ ਇਹਨਾਂ ਇੱਟਾਂ ਨੂੰ ਬਣਾਉਂਦੇ ਸਮੇਂ ਲਾਲ ਰੰਗ ਦੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ। ਤੁਸੀਂ ਹੁਣ ਦੇਖ ਹੀ ਸਕਦੇ ਹੋ ਕਿ ਇਹ ਇੱਟਾਂ ਕਿਵੇਂ ਬਣਾਈਆਂ ਜਾ ਰਹੀਆਂ ਨੇ। ਇਹ ਮਿੱਟੀ ਦਾ ਲਾਲ ਰੰਗ ਤਾਂ ਨਹੀਂ ਹੈ ਪਰ ਫਿਰ ਵੀ ਇਸ ਨੂੰ ਲਾਲ ਮਿੱਟੀ ਕਿਹਾ ਜਾਂਦਾ ਹੈ। ਇੱਟ ਨੂੰ ਤਿਆਰ ਕਰਨ ਦੇ ਲਈ 1 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਇਸ ਨੂੰ ਜ਼ਮੀਨ ਦੇ ਅੰਦਰ ਬਣੀਆਂ ਹੋਈਆਂ ਭੱਠੀਆਂ ਦੇ ਵਿੱਚ 1 ਮਹੀਨੇ ਤੱਕ ਰੱਖਿਆ ਜਾਂਦਾ ਹੈ ਤੇ ਇੰਨੀ ਜ਼ਿਆਦਾ ਹੀਟ ਦੇ ਵਿੱਚ ਰਹਿਣ ਦੇ ਕਾਰਨ ਵੀ ਇਹ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ ਤੇ ਹਲਕੇ ਲਾਲ ਰੰਗ ਦੀ ਇੱਟ ਨੂੰ ਹੀ ਸਭ ਤੋਂ ਵਧੀਆ ਇੱਟ ਮੰਨਿਆ ਜਾਂਦਾ ਹੈ। ਤੁਸੀਂ ਅਕਸਰ ਇਹ ਕਦੇ ਨਾ ਕਦੇ ਜ਼ਰੂਰ ਸੋਚਿਆ ਹੋਵੇਗਾ ਕਿ ਅਸੀਂ ਮੀਂਹ ਦੇ ਪਾਣੀ ਨੂੰ ਪੀ ਸਕਦੇ ਹਾਂ, ਤਾਂ ਇਸ ਦਾ ਜਵਾਬ ਹੈ ਹਾਂ, ਅਸੀਂ ਮੀਂਹ ਦੇ ਪਾਣੀ ਨੂੰ ਪੀ ਸਕਦੇ ਹਾਂ। ਪਰ ਇੱਥੇ ਇਹ ਚੀਜ਼ ਵੀ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਜਗ੍ਹਾ ਦੇ ਉੱਪਰ ਰਹਿੰਦੇ ਹੋ ਤੇ ਉਸ ਜਗ੍ਹਾ ਦੇ ਉੱਪਰ ਪੋਲਿਊਸ਼ਨ ਕਿੰਨਾ ਜ਼ਿਆਦਾ ਹੈ। ਮਤਲਬ ਕਿ ਜੇਕਰ ਤੁਸੀਂ ਸਿਟੀ ਜਾਂ ਕਿਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਮੀਂਹ ਦੇ ਪਾਣੀ ਨੂੰ ਕਿਸੇ ਚੀਜ਼ ਨੂੰ ਲੱਗਣ ਤੋਂ ਪਹਿਲਾਂ ਪੀ ਸਕਦੇ ਹੋ, ਪਰ ਸ਼ਹਿਰ ਵਾਲੇ ਲੋਕ ਇਸ ਪਾਣੀ ਨੂੰ ਜ਼ਿਆਦਾ ਨਹੀਂ ਪੀ ਸਕਦੇ ਕਿਉਂਕਿ ਜਦੋਂ ਇਹ ਪਾਣੀ ਹਵਾ ਦੇ ਵਿੱਚ ਹੁੰਦਾ ਹੈ ਤਾਂ ਹਵਾ ਦੇ ਵਿੱਚ ਜਿਹੜੇ ਕੈਮੀਕਲ ਧੂਏ ਦੇ ਨਾਲ ਬਣੇ ਹੋਏ ਹੁੰਦੇ ਨੇ ਉਹ ਇਸ ਦੇ ਵਿੱਚ ਰਲ ਜਾਂਦੇ ਹਨ। ਪਰ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਜਿੱਥੇ ਪੋਲਿਊਸ਼ਨ ਘੱਟ ਹੈ ਤਾਂ ਉੱਥੇ ਤੁਸੀਂ ਮੀਂਹ ਦੇ ਪਾਣੀ ਨੂੰ ਜਿੰਨਾ ਚਾਹੇ ਉਨਾ ਪੀ ਸਕਦੇ ਹੋ। ਇਹ ਸਾਂਝੀ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੌਚਕ ਤੱਥ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।